ਪ੍ਰੀਮੀਅਰ ਡੱਗ ਫੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਨ 'ਚ ਦਿਲਚਸਪੀ ਨਹੀਂ ਰੱਖਦੇ। ਉਹਨਾਂ ਕਿਹਾ ਕਿ ਕੁਕੀਨਜ਼ ਪਾਰਕ ਛੱਡ ਕੇ ਪ੍ਰਧਾਨ ਮੰਤਰੀ ਬਚਨ ਦੀ ਦੌੜ 'ਚ ਸ਼ਾਮਿਲ ਹੋਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਮੰਗਲਵਾਰ ਨੂੰ ਆਪਣੇ 54ਵੇਂ ਜਨਮਦਿਨ ਮੌਕੇ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਪ੍ਰੋਵਿੰਸ ਦਾ ਕੰਮਕਾਜ ਲਈ ਉੱਤੇ ਲਿਆਉਣਾ ਚਾਹੁੰਦੇ ਨੇ। ਈ ਕੋਲੀ ਫੈਲਣ ਦੇ ਡਰ ਕਾਰਨ ਕੈਨੇਡਾ ਅਤੇ ਅਮਰੀਕਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਰੋਮੇਨ ਲੈਟਸ ਖਾਣ ਤੋਂ ਬਚਣ ਲਈ ਆਖਿਆ ਜਾ ਰਿਹਾ ਹੈ। ਦੇਸ਼ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਇਹ ਲੈਟਸ ਖਾਣ ਕਾਰਨ ਕਿਊਬਿਕ 'ਚ 15 ਅਤੇ ਅੰਟਾਰੀਓ 'ਚ 3 ਵਿਅਕਤੀ ਬਿਮਾਰ ਪੈ ਗਏ ਹਨ, ਜਿਨ੍ਹਾਂ 'ਚ 6 ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਸੈਂਟ ਮਾਈਕਲਜ਼ ਕਾਲਜ ਸਕੂਲ ਦੇ 6 ਵਿਦਿਆਰਥੀਆਂ ਨੂੰ ਹਮਲਾ ਕਰਨ ਦੇ ਜਿਣਸੀ ਸ਼ੋਸ਼ਣ ਕਾਰਨ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ। ਵਾਸ਼ਿੰਗਟਨ ਪੋਸਟ ਲਈ ਕੰਮ ਕਰਨ ਵਾਲੇ ਪੱਤਰਕਾਰ ਜਮਾਨ ਖਗੋਸ਼ੀ ਦੀ ਹੱਤਿਆ 'ਚ ਸਾਊਦੀ ਅਰਬ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਰਾਸ਼ਟਰਪਤੀ ਟਰੰਪ ਇਸ ਉਲਝਣ 'ਚ ਹਨ ਕਿ ਉਹ ਅਮਰੀਕਾ ਦੇ ਕਰੀਬੀ ਸਹਿਯੋਗੀ ਨਾਲ ਆਪਣੇ ਸਬੰਧਾਂ ਨੂੰ ਬਚਾਉਣ ਜਾਂ ਫਿਰ ਹੱਤਿਆ ਦੇ ਬਾਰੇ 'ਚ ਰਿਆਦ ਨਾਲ ਗੱਲਬਾਤ ਕਰ ਲੈਣ। ਉਹ ਸਮਝ ਨਹੀਂ ਪਾ ਰਹੇ ਹਨ ਕਿ ਸਬੰਧਾਂ ਦੇ ਤਾਕਤ ਰੱਖਣ ਦਾ ਜੋਖਮ ਚੁੱਕ ਰਹੇ ਉਹ ਸੈਂਟਰਲ ਇੰਟੈਲੀਜੈਂਸੀ ਏਜੰਸੀ ਦੇ ਇਸ ਫੈਸਲੇ ਨੂੰ ਸਵੀਕਾਰ ਕਰ ਲੈਣ ਕਿ ਸਾਊਦੀ ਅਰਬ ਦੇ ਕਰਕਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਹੱਤਿਆ ਦਾ ਆਦੇਸ਼ ਦਿੱਤਾ ਸੀ। ਖਗੋਸ਼ੀ ਦੀ ਇਸਤਾਂਬੁਲ 'ਚ ਸਾਊਦੀ ਅਰਬ ਦੇ ਦੂਤ ਕਰਜ 2 ਅਕਤੂਬਰ ਨੂੰ ਹੱਤਿਆ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਨਿਸ਼ਾਨਾ ਮਿਲਣ ਤੋਂ ਬਚਦੇ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਸ ਸਾਲ ਦੀ ਸ਼ੁਰੂਆਤ 'ਚ ਮਿਲੇ ਨਿਰਦੇਸ਼ਾਂ ਦੇ ਬਾਅਦ ਅਮਰੀਕਾ ਨੇ ਪਾਕਿਸਤਾਨ ਦਿੱਤੀ ਜਾਣ ਵਾਲੀ 1.66 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕੀ। ਰੱਖਿਆ ਮੰਤਰੀ ਰੂਪ ਵਿੱਚ ਕੰਮ ਕਰ ਚੁੱਕੇ ਡੇਵਿਡ ਸਿਡਨੀ ਦਾ ਕਹਿਣਾ ਕਿ ਪਾਕਿਸਤਾਨ ਦਿੱਤੀ ਜਾਣ ਵਾਲੀ ਮਿਲਟਰੀ ਸਹਾਇਤਾ ਨੂੰ ਇਸ ਜਾਲ ਜਨਵਰੀ ਤੋਂ ਰੋਕਿਆ ਜਾਣਾ ਅਮਰੀਕਾ ਦੀ ਨਿਰਾਸ਼ਾ ਦਾ ਸੰਕੇਤ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਅਮਰੀਕਾ ਦੇ ਮੱਧ ਦੂਰੀ ਪਰਮਾਣੂ ਸ਼ਕਤੀ ਸੰਧੀ ਤੋਂ ਬਾਹਰ ਆਉਣ 'ਤੇ ਰੂਸ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਕਰਨ ਦੀ ਗੱਲ ਕਹੀ ਹੈ। ਪੁਤੀਨ ਨੇ ਰੱਖਿਆ ਉਦਯੋਗ ਦੇ ਮੁੱਦਿਆਂ 'ਤੇ ਬੈਠਕ 'ਚ ਆਖਿਆ ਹੈ ਕਿ ਅੱਜ ਅਮਰੀਕਾ ਦੇ INF ਸੰਧੀ ਤੋਂ ਅਲੱਗ ਹੋਣ ਦੀ ਸਥਿਤੀ 'ਚ ਸਾਡੇ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੇ ਸੰਬੰਧ 'ਚ ਪ੍ਰਸਤਾਵ ਰੱਖਦਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ ਨੇ ਆਖਿਆ ਕਿ ਰੂਸ ਇਰਾਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿਉਂਕਿ ਦੋਵੇਂ ਦੇਸ਼ ਅਮਰੀਕੀ ਪਾਬੰਦੀਆਂ ਤੋਂ ਪ੍ਰਭਾਵਿਤ ਨੇ। ਜ਼ਰੀਫ ਨੇ ਇੰਟਰਵਿਊ 'ਚ ਕਿਹਾ ਕਿ ਰੂਸ ਸਾਡਾ ਬਹੁਤ ਚੰਗਾ ਵਪਾਰਕ ਅਤੇ ਰਾਜਨੀਤਿਕ ਸਾਂਝੇਦਾਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵਾਈਟ ਹਾਊਸ ਦੀ ਉੱਚ ਸਲਾਹਕਾਰ ਇਵਾਂਕਾ ਟਰੰਪ ਨੇ ਪਿਛਲੇ ਸਾਲ ਸਰਕਾਰੀ ਕੰਮਕਾਜ ਨਾਲ ਸੰਬੰਧਿਤ ਸੈਂਕੜੇ ਈਮੇਲਾਂ ਆਪਣੇ ਨਿੱਜੀ ਅਕਾਊਂਟਾਂ ਤੋਂ ਭੇਜੀਆਂ ਸਨ। ਸੂਤਰਾਂ ਮੁਤਾਬਕ ਉਕਤ ਈਮੇਲ ਵਾਈਟ ਹਾਊਸ ਦੇ ਸਹਿਯੋਗੀ ਕੈਬਨਿਟ ਦੇ ਮੈਂਬਰਾਂ ਅਤੇ ਇਵਾਂਕਾ ਟਰੰਪ ਦੇ ਸਹਾਇਕਾਂ ਨੂੰ ਭੇਜੇ ਗਏ ਸਨ। ਕਈ ਈਮੇਲ ਪਬਲਿਕ ਰਿਕਾਰਡਸ ਨਿਯਮਾਂ ਦਾ ਉਲੰਘਣ ਕਰਦੇ ਹੋਏ ਭੇਜੇ ਗਏ। ਪਾਕਿਸਤਾਨ ਨੇ ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਉਸਾਮਾ ਬਿਨ ਲਾਦੇਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਇਹ ਇਤਿਹਾਸ 'ਚ ਦਾ ਬੰਦ ਹੋ ਚੁੱਕਾ ਚੈਪਟਰ ਹੈ। ਸੋਮਾਲੀਆ 'ਚ ਅਮਰੀਕਾ ਦੇ ਹਵਾਈ ਹਮਲੇ 'ਚ ਅੱਤਵਾਦੀ ਸਮੂਹ ਅਲ ਸ਼ਬਾਬ ਦੇ 37 ਅੱਤਵਾਦੀ ਮਾਰੇ ਗਏ ਨੇ। ਫੌਜ ਨੇ ਇੱਕ ਬਿਆਨ 'ਚ ਆਖਿਆ ਕਿ ਇਹਨਾਂ ਹਵਾਈ ਹਮਲੇ 'ਚ ਕੋਈ ਵੀ ਆਮ ਨਾਗਰਿਕ ਜ਼ਖਮੀ ਨਹੀਂ ਹੋਇਆ। ਇਹ ਹਮਲੇ ਸੋਮਵਾਰ ਨੂੰ ਕੀਤੇ ਗਏ ਅਤੇ ਪਹਿਲਾਂ 'ਚ 27 ਅਤੇ ਦੂਜੇ ਹਮਲੇ 'ਚ 17 ਅੱਤਵਾਦੀ ਮਾਰੇ ਗਏ। ਨਿਊ ਜਰਸੀ 'ਚ ਇੱਕ ਹਵੇਲੀ 'ਚ ਜਾਣ ਬੁੱਝ ਕੇ ਲਗਾਈ ਅੱਗ 'ਚ ਝੁਲਸਣ ਕਾਰਨ 2 ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਮਕਾਨ ਦਾ ਮਾਲਕ ਇੱਕ ਤਕਨਾਲੋਜੀ ਕੰਪਨੀ ਦਾ CEO ਸੀ। ਆਸਟ੍ਰੇਲੀਆ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਪ੍ਰਵਾਸ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ, ਜਿਸ ਨਾਲ ਅਮਰੀਕਾ ਅਤੇ ਕਈ ਹੋਰ ਯੂਰਪੀ ਦੇਸ਼ਾਂ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਨੇ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਦੇਸ਼ ਦੇ ਗ੍ਰਹਿ ਅਤੇ ਵਿਦੇਸ਼ ਮੰਤਰੀਆਂ ਨੂੰ ਇੱਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਸਮਝੌਤੇ ਨੂੰ ਸਵੀਕਾਰ ਕਰਨਾ ਆਸਟ੍ਰੇਲੀਆ ਵਿੱਚ ਗੈਰ ਕਾਨੂੰਨੀ ਦਖਲ ਹੋਣ ਦੇ ਖਤਰੇ ਅਤੇ ਤਕਸਰੀ ਵਪਾਰ 'ਚ ਸ਼ਾਮਲ ਲੋਕਾਂ ਨਾਲ ਜਿੱਟਣ ਵਿੱਚ ਮੁਸ਼ਕਲ ਨਾਲ ਮਿਲੀ ਸਫਲਤਾ ਨੂੰ ਬੇਕਾਰ ਕਰਨ ਨੂੰ ਵਧਾਵਾ ਦੇ ਸਕਦਾ ਹੈ। ਇਸ ਮਿਸ਼ਨ ਦਾ ਉਦੇਸ਼ ਲਾਲ ਗ੍ਰਹਿ ਉੱਤੇ ਪਹਿਲਾਂ ਜੇ ਕੋਈ ਜੀਵਨ ਰਿਹਾ ਹੈ ਤਾਂ ਉਸਦੇ ਸੰਕੇਤਾਂ ਦਾ ਪਤਾ ਲਗਾਉਣਾ ਹੈ। ਨਾਸਾ ਨੇ 5 ਸਾਲ ਦੀ ਖੋਜ ਦੇ ਬਾਅਦ ਜੇਜੋਰੋ ਕ੍ਰਿਕਟਰ ਦੀ ਚੋਣ ਕੀਤੀ ਹੈ। ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵੱਲੋਂ ਵਿਸ਼ਵ ਜੰਗ ਦੇ ਯੋਧਿਆਂ ਦੀ ਯਾਦ ਵਿੱਚ ਅਤੇ ਔਰਤਾਂ ਦੇ UK 'ਚ ਵੋਟ ਪਾਉਣ ਦੇ ਅਧਿਕਾਰ ਦਿਵਸ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸੰਸਦ ਮੈਂਬਰ ਮੁਹੰਮਦ ਯਾਸੀਨ ਸਮੇਤ 400 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਆਸਟ੍ਰੇਲੀਆ ਸਰਕਾਰ ਨੇ ਆਪਣੇ ਇੱਥੇ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਫਰਜ਼ੀ ਵਿਆਹ ਕਰਾਉਣ ਵਾਲੇ ਤੋਂ ਬਚਣ। ਹਾਲ ਹੀ 'ਚ ਆਸਟ੍ਰੇਲੀਆ ਬਾਰਡਰ ਫੋਰਸ ਨੇ ਫਰਜ਼ੀ ਵਿਆਹ ਕਰਵਾਉਣ ਵਾਲੇ ਸਿਡਨੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਦਿੱਲੀ ਸਥਿਤ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਇਸ ਮਾਮਲੇ ਉੱਤੇ ਚੇਤਾਵਨੀ ਜਾਰੀ ਕੀਤੀ ਹੈ। ਮੈਲਬੌਰਨ 'ਚ ਅੱਤਵਾਦੀ ਹਮਲੇ ਦੇ ਕਥਿਤ ਸਾਜ਼ਿਸ਼ ਰਚਨ ਦੇ ਦੋਸ਼ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਅਜਿਹੇ ਸਮੇਂ ਵਿੱਚ ਕੀਤੀ ਗਈ ਹੈ ਜਦੋਂ ਕਿ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਹੋ ਕੇ ਕਰੀਬ 2 ਹਫ਼ਤੇ ਪਹਿਲਾਂ 9 ਨਵੰਬਰ ਮੈਲਬੌਰਨ 'ਚ 2 ਲੋਕਾਂ ਦੀ ਤੇਜ਼ ਨੁਕੀਲੇ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਸੀ।
ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫਰ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਇੱਥੇ 2 ਦਿਨ ਪਹਿਲਾਂ ਹੀ ਹੋਏ ਦੇਸ਼ ਪੱਧਰੀ ਵਿਖਾਵੇ ਦੌਰਾਨ 500 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਨੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਜ਼ਖਮੀਆਂ ਵਿੱਚ 17 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। 20,000 ਤੋਂ ਵੱਧ ਲੋਕ ਵਿਖਾਵ ਵਿੱਚ ਸ਼ਾਮਲ ਹੋਏ। ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਪਾਕਿਸਤਾਨ ਪਰਤ ਕੇ ਦੇਸ਼ ਦੋ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਹਾਈ ਕੋਰਟ ਨੇ ਮੁਸ਼ਫਰ ਦੇ ਵਕੀਲ ਨੂੰ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 'ਤੇ ਉਹ ਮੁਸ਼ਫਰ ਦਾ ਯਾਤਰਾ ਪ੍ਰੋਗਰਾਮ ਜਮ੍ਹਾਂ ਕਰਵਾਉਣ। ਮੁਸ਼ਫਰ ਪਿਛਲੇ 2 ਸਾਲ ਤੋਂ ਦੁਬਈ 'ਚ ਰਹਿ ਰਹੇ ਨੇ। ਪਾਕਿਸਤਾਨ ਈਸ਼ ਨਿੰਦਾ ਦੇ ਮਾਮਲੇ 'ਚ ਹਾਲ ਹੀ 'ਚ ਬਰੀ ਕੀਤੀ ਗਈ ਈਸਾਈ ਮਹਿਲਾ ਆਸੀਆ ਬੀਬੀ ਦੇ ਵਕੀਲ ਨੇ ਕਿਹਾ ਕਿ ਉਹ ਪਾਕਿਸਤਾਨ ਛੱਡ ਕੇ ਕਿਸੇ ਵੀ ਪੱਛਮੀ ਦੇਸ਼ ਜਾਣਾ ਚਾਹੁੰਦੀ ਹੈ ਜੋ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਵੀਜ਼ਾ ਦੇਣ ਤੋਂ ਤਿਆਰ ਹੋਵੇ। ਉਹਨਾਂ ਦੇ ਵਕੀਲ ਸੈਫੁਲ ਮਲੂਕ ਨੇ ਇੱਥੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਦੇਸ਼ ਨੇ ਉਹਨਾਂ ਨੂੰ ਅਜੇ ਤੱਕ ਆਉਣ ਦਾ ਸੱਦਾ ਨਹੀਂ ਦਿੱਤਾ ਅਤੇ ਇਸੇ ਕਾਰਨ ਬੀਬੀ ਅਤੇ ਉਸਦੇ ਪਰਿਵਾਰ ਨੇ ਪਾਕਿਸਤਾਨ ਨਹੀਂ ਛੱਡਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਪੁੱਜ ਗਏ ਨੇ। ਇੱਥੇ ਉਹਨਾਂ ਦਾ ਨਿੱਘਾ ਸਵਾਗਤ ਹੋਇਆ। ਜ਼ਿਕਰਯੋਗ ਹੈ ਕਿ ਉਹ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੌਰਾ ਕੀਤਾ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਰਾਸ਼ਟਰਪਤੀ ਨੇ ਇੱਥੇ ਦਾ ਦੌਰਾ ਨਹੀਂ ਕੀਤਾ ਸੀ। ਉਹ ਸਾਰੇ ਦੌਰੇ ਦੌਰਾਨ ਰੱਖਿਆ ਗਿਆ ਕਾਰੋਬਾਰ ਅਤੇ 2-ਪੱਖੀ ਸਹਿਯੋਗ ਅਤੇ ਚੰਗੇ ਸੰਬੰਧਾਂ ਨੂੰ ਬਣਾਈ ਰੱਖਣ ਲਈ ਗੱਲਬਾਤ ਕਰਨਗੇ। ਮੱਧ ਪ੍ਰਦੇਸ਼ ਦੇ ਚੋਣਾਂ ਦੇ ਦੌਰਾ ਦੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਦੌਰ ਦੌਰੇ 'ਤੇ ਨੇ। ਉਹਨਾਂ ਨੇ ਇੱਥੋਂ ਤੱਕ ਚੋਣਾਵੀ ਜਨਸਭਾ ਨੂੰ ਸੰਬੋਧਿਤ ਕੀਤਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਅੱਜ ਇੰਦੌਰ ਦੌਰੇ 'ਤੇ ਪਹੁੰਚੇ ਜਿੱਥੇ ਉਹਨਾਂ ਮੀਡੀਆ ਨਾਲ ਰੂਬਰੂ ਹੋਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਕਈ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਇਸੇ ਦੌਰਾਨ ਉਹਨਾਂ ਨੇ ਜੈਪੁਰ 'ਚ ਨੌਜਵਾਨਾਂ ਨਾਲ ਵਾਲ ਯੁਵਾ ਰੀ ਬਾਤ ਅਮਿਤ ਸ਼ਾਹ ਕੇ ਸਾਥ ਪ੍ਰੋਗਰਾਮ 'ਚ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਮੀਡੀਆ ਦੇ ਇੱਕ ਧੜੇ 'ਚ ਪੱਛਮੀ ਬੰਗਾਲ 'ਚ ਭੁੱਖ ਨਾਲ ਕਥਿਤ ਮੌਤ ਦੀਆਂ ਖਬਰਾਂ ਸਾਹਮਣੇ ਆਉਣ ਦੇ ਕੁਝ ਦਿਨ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਹਨਾਂ ਨੂੰ ਖਬਰਾਂ ਨੂੰ ਝੂਠ ਦੱਸ ਕੇ ਖਾਰਜ ਕਰਦੇ ਹੋਏ ਕਿਹਾ ਕਿ ਬੁਢਾਪੇ ਦੀਆਂ ਬਿਮਾਰੀਆਂ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ। ਕਾਂਗਰਸ ਦੇ ਕੇਰਲ ਖੇਤਰ ਰਾਜਕਾਰੀ ਪ੍ਰਧਾਨ ਅਤੇ ਵਾਇਨਾਇਡ ਦੇ MP ਸ਼ਨਵਾਸ ਦੀ ਮੰਗਲਵਾਰ ਦੇਰ ਰਾਤ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ 'ਚ ਮੌਤ ਹੋਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਵਿਖਾਈ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਕੱਤਰੇਤ ਅੰਦਰ ਹੀ ਹਮਲਾ ਕੀਤਾ ਗਿਆ। ਕੇਜਰੀਵਾਲ ਅਤੇ ਇੱਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁੱਟੇ ਅਤੇ ਇਸ ਹਮਲੇ 'ਚ ਉਹਨਾਂ ਦੀ ਨਜ਼ਰ ਵਾਲੀ ਐਨਕ ਵੀ ਟੁੱਟ ਗਈ ਹੈ। ਹਮਲਾਵਰ ਦੀ ਸ਼ਨਾਖਤ 22 ਸਾਲ ਦੇ ਅਨਿਲ ਕੁਮਾਰ ਵਜੋਂ ਹੋਈ ਹੈ। ਹਮਲਾਵਰ ਕੇਜਰੀਵਾਲ ਨਾਲ ਗੱਲ ਕਰਨ ਦੇ ਬਹਾਨੇ ਨੇੜੇ ਆ ਗਏ ਅਤੇ ਹਮਲਾ ਕਰ ਦਿੱਤਾ। ਦੇਸ਼ ਦੀ ਪਹਿਲੀ ਬਿਨਾਂ ਇੰਜਣ ਵਾਲੀ ਟ੍ਰੇਨ 18 ਦਾ ਪ੍ਰੀਖਣ 15 ਦਸੰਬਰ ਤੱਕ ਸ਼ੁਰੂ ਹੋ ਸਕਦਾ ਹੈ। ਅਜੇ ਇਸ ਦਾ ਟੈਸਟ ਮੁਰਾਦਾਬਾਦ 'ਚ ਚੱਲ ਰਿਹਾ ਹੈ। ਰੇਲ ਮੰਤਰਾਲੇ ਨੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਟ੍ਰੇਨ 18 ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਪਹਿਲੀ ਵਾਰ ਇਸ ਨੂੰ ਵਾਰਾਣਸੀ ਜਾਂ ਦਿੱਲੀ ਤੋਂ ਭੋਪਾਲ ਲਈ ਚਲਾਇਆ ਜਾ ਸਕਦਾ ਹੈ। ਲਖਨਊ ਤੋਂ ਕਰਾਚੀ ਜਾ ਰਹੇ ਇੱਕ ਛੋਟੇ ਪਾਕਿਸਤਾਨੀ ਹਵਾਈ ਜਹਾਜ਼ ਨੂੰ ਤਕਨੀਕੀ ਜਾਂਚ ਲਈ ਮੰਗਲਵਾਰ ਜੈਪੁਰ ਦੇ ਸਾਂਗਾਨੇਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਾਰਨਾ ਪਿਆ। ਹਵਾਈ ਅੱਡੇ ਦੇ ਨਿਰਦੇਸ਼ਕ JS ਬਲਹਾਰਾ ਨੇ ਦੱਸਿਆ ਕਿ ਉਕਤ ਹਵਾਈ ਜਹਾਜ਼ ਨੂੰ ਉਦੋਂ ਸਥਾਨਕ ਹਵਾਈ ਅੱਡੇ 'ਤੇ ਉਤਾਰਿਆ ਗਿਆ ਜਦੋਂ ਪਾਇਲਟ ਨੂੰ ਕੋਈ ਦਰਵਾਜ਼ਾ ਖੁੱਲ੍ਹਣ ਹੋਣ ਦੀ ਜਾਣਕਾਰੀ ਮਿਲੀ ਅਤੇ 2-3 ਘੰਟਿਆਂ ਦੀ ਜਾਂਚ ਪਿੱਛੋਂ ਹਵਾਈ ਜਹਾਜ਼ ਕਰਾਚੀ ਲਈ ਰਵਾਨਾ ਹੋ ਗਿਆ। ਪੰਜਾਬ ਮੰਤਰੀ ਮੰਡਲ 'ਚ ਮਾਮੂਲੀ ਰੱਦੋ ਬਦਲ ਕੀਤੀ ਗਈ ਹੈ। ਸੂਬੇ 'ਚ ਉਦਯੋਗਿਕ ਵਿਕਾਸ ਨੂੰ ਅੱਗੇ ਹੋਰ ਸੁਵਿਧਾ ਦੇਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਨ ਮਹਿਕਮਾ ਆਪਣੇ ਕੋਲ ਲੈ ਲਿਆ। ਇੱਕ ਸਰਕਾਰੀ ਬੁਲਾਰੇ ਅਨੁਸਾਰ ਵਾਤਾਵਰਨ ਪਹਿਲਾਂ OP ਸੋਨੀ ਕੋਲ ਸੀ, ਜਿਨ੍ਹਾਂ ਨੂੰ ਹੁਣ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਐਲਾਨ ਬੀਤੀ ਦੇਰ ਸ਼ਾਮ ਕੀਤਾ। ਉਹਨਾਂ ਅੱਗੇ ਦੱਸਿਆ ਕਿ OP ਸੋਨੀ ਸਕੂਲ ਸਿੱਖਿਆ ਮਹਿਕਮੇ ਦਾ ਕੰਮਕਾਜ ਲਗਾਤਾਰ ਦੇਖਦੇ ਰਹਿਣਗੇ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ 21 ਨਵੰਬਰ ਨੂੰ ਅੱਜ ਰਵਾਨਾ ਹੋ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜੱਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1227 ਸ਼ਰਧਾਲੂ ਵੀਜ਼ਾ ਪ੍ਰਾਪਤ ਹੋਏ ਨੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੱਡੀ ਗਿਣਤੀ 'ਚ ਵੀਜ਼ੇ ਰੱਦ ਕਰਨ ਨੂੰ ਸਿੱਖ ਭਾਵਨਾ ਨੂੰ ਠੇਸ ਪੁੱਜੀ ਹੈ।
ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੱਧ ਤੋਂ ਵੱਧ ਵਿਜੇ ਦਿੱਤੇ ਜਾਣੇ ਚਾਹੀਦੇ ਸਨ, ਜਿਸ ਦੇ ਨਾਲ ਹੀ ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਜੱਥੇ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ। ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਹੁਸ਼ਿਆਰਪੁਰ ਪਹੁੰਚੇ, ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਖੇਤੀ 'ਚ ਕੰਡਿਆਂ ਲਈ ਤਾਰ ਲਗਾਉਣ ਲਈ ਚੱਕ ਵੰਡੇ ਨੇ। ਇਸ ਮੌਕੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਕੰਡੀ ਖੇਤਰ ਦੇ ਕਿਸਾਨਾਂ ਦੀ ਫਸਲਾਂ ਨੂੰ ਜੰਗਲੀ ਜਾਨਵਰ ਤੋਂ ਬਚਾਉਣ ਲਈ ਪੰਜਾਬ ਸਰਕਾਰ 8 ਕਰੋੜ ਰੁਪਏ ਖਰਚ ਕਰੇਗੀ ਅਤੇ ਅੱਜ ਹੁਸ਼ਿਆਰਪੁਰ 'ਚ ਇਸ ਯੋਜਨਾ ਦਾ ਆਗਾਜ਼ ਕਿਸਾਨਾਂ ਨੂੰ ਚੱਕ ਵੰਡ ਕੇ ਕੀਤਾ ਗਿਆ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਬੰਬ ਧਮਾਕੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਅਤੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਜਾਵੇਗੀ। ਅੰਮ੍ਰਿਤਸਰ ਵਿਖੇ ਹਦਲੇਵਾਲ ਦੇ ਨਿਰਕਾਰੀ ਸਤਸੰਗ ਭਵਨ 'ਚ ਹੋਏ ਹਮਲੇ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਿਆਨਬਾਜ਼ੀ ਕੀਤੀ। ਉਹਨਾਂ ਨੇ ਮੰਗ ਕੀਤੀ ਕਿ ਸੂਬੇ 'ਚ ਹੋ ਰਹੇ ਹਮਲੇ ਨੂੰ ਲੈ ਕੇ ਸਰਕਾਰ ਵੱਲੋਂ ਵਾਈਟ ਪੇਪਰ ਜਾਰੀ ਕੀਤਾ ਜਾਵੇ ਤਾਂ ਜੋ ਸੂਬੇ ਦਾ ਦੁਸ਼ਮਣਾਂ ਦਾ ਜਾਇਜ਼ਾ ਲਿਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਸਜ਼ਾ ਮਿਲਣ ਦੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਨਿਆਂਪਾਲਿਕਾ ਵੱਲੋਂ ਇਨਸਾਫ ਕੀਤਾ ਗਿਆ ਅਤੇ ਉਹਨਾਂ ਦੇ ਇਸ ਦਾ ਕ੍ਰੈਡਿਟ ਸਰਕਾਰ ਨੂੰ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਫੈਸਲਾ 34 ਸਾਲ ਬਾਅਦ ਸੁਣਾਇਆ ਗਿਆ ਹੈ, ਪਰ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਸਜ਼ਾ ਮਿਲਣੀ ਹਾਲੇ ਵੀ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 1984 ਦੇ ਸਿੱਖਾਂ ਦੇ ਕਤਲ ਦੇ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਸੁਣਾਈ ਹੈ। ਪੰਜਾਬ ਸਰਕਾਰ ਦੂਰ ਅੰਦੇਸ਼ੀ ਅਤੇ ਘਰ ਘਰ ਰੁਜ਼ਗਾਰ ਦੇਣ ਦੀ ਮੁਹਿੰਮ ਤਹਿਤ ਮਾਨਸਾ 'ਚ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰੀ ਬਿਊਰੋ ਦਫ਼ਤਰ ਦਾ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਘਰ ਘਰ ਰੁਜ਼ਗਾਰ ਯੋਜਨਾ ਲਈ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹ ਕੇਂਦਰ ਖੋਲ੍ਹੇ ਗਏ ਨੇ ਅਤੇ ਇੱਕ ਛੱਤ ਦੇ ਹੇਠਾਂ ਹੀ ਰੁਜ਼ਗਾਰ ਲੈਣ ਵਾਲੇ ਨੌਜਵਾਨਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਨੇ। ਇਸ ਦੇ ਨਾਲ ਉਹਨਾਂ ਕਿਹਾ ਕਿ ਯੋਗਤਾ ਅਨੁਸਾਰ ਨੌਜਵਾਨ ਨੌਕਰੀ ਲਈ ਖੁਦ ਨੂੰ ਰਜਿਸਟਰ ਕਰਵਾ ਕੇ ਨੌਕਰੀ ਹਾਸਲ ਕਰ ਸਕਦੇ ਨੇ। ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਬੁੱਢੇ ਨਾਲ 'ਚ ਕਣ ਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਾਲੇ 'ਚੋਂ ਬਾਹਰ ਕੱਢ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ 'ਚ ਇੱਕ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਨਾਮਕ ਵਜੋਂ ਹੋਈ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਦੱਸਿਆ ਕਿ ਜਰਨੈਲ ਸਿੰਘ ਘਰ ਤੋਂ ਮਜ਼ਦੂਰੀ ਕਰਨ ਲਈ ਗਿਆ ਸੀ ਪਰ ਉਸਦੀ ਲਾਸ਼ ਘਰ 'ਚ ਵਾਪਸ ਆਈ ਹੈ। ਉਹਨਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤ ਪਰਿਵਾਰ ਦੇ ਬੈਨਰ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਤਕਰੀਬਨ 2 ਮਹੀਨੇ ਦੇ ਆਸਟ੍ਰੇਲੀਆ ਦੌਰੇ 'ਤੇ ਸ਼ੁਰੂਆਤੀ T20 ਸੀਰੀਜ਼ ਨਾਲ ਅੱਜ ਹੋਈ ਇਹ ਮੈਚ ਰਗਾਬਾ ਬ੍ਰਿਸੇਨ 'ਚ ਖੇਡਿਆ ਗਿਆ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਖੇਡੇ ਜਾਣ ਵਾਲੇ ਪਹਿਲੇ T20 ਮੁਕਾਬਲੇ ਤੋਂ ਪਹਿਲਾਂ ਇੱਕ ਵਾਰ ਫਿਰ ਦੁਹਰਾਇਆ ਕਿ ਉਸਦੀ ਟੀਮ ਵਿਰੋਧੀਆਂ ਨਾਲ ਉਲਝੇਗੀ ਨਹੀਂ, ਪਰ ਜੇਕਰ ਉਹ ਸੀਮਾ ਲੰਘਦੇ ਹਨ ਤਾਂ ਜਵਾਬ ਦੇਣ 'ਚ ਭਾਰਤੀ ਖਿਡਾਰੀ ਝਿਜਕਣਗੇ ਵੀ ਨਹੀਂ। ਭਾਰਤੀ ਮੁੱਕੇਬਾਜ਼ MC ਮੈਰੀ ਕਾਮ, ਲਵਲੀਨਾ ਬੈਰਪੋਹਨ, ਸੋਨੀਆ ਅਤੇ ਸਿਮਰਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਲਈ 4 ਤਗਮੇ ਪੱਕੇ ਕੀਤੇ ਨੇ। ਅਰਜੁਨ ਅਵਾਰਡ 'ਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਖੇਡ ਸਮਾਨ ਬਣਾਉਣ ਵਾਲੀ ਕੰਪਨੀ ਐਡੀਡਾਸ ਨਾਲ ਜੁੜਿਆ। ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਮਸ਼ਹੂਰ ਪ੍ਰਮੋਟਰ ਬਾਬਾ ਐਰਮ ਦੀ ਕੰਪਨੀ ਟੌਪ ਰੈਂਕ ਨਾਲ ਕਰਾਰ ਕੀਤਾ ਅਤੇ ਉਹ ਅਗਲੇ ਸਾਲ ਅਮੈਰੀਕਾ 'ਚ ਡੈਬਿਊ ਕਰਨਗੇ। ਤਾਮਿਲ ਤਾਲੀਵਾਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਨੇੜੇ ਦੇ ਮੁਕਾਬਲੇ 'ਚ ਤੇਲਗੂ ਟਾਈਟੈਨਸ ਨੂੰ ਹਰਾਇਆ। ਭਾਰਤੀ ਕ੍ਰਿਕਟ ਕੰਟਰੋਲ ਨਾਲ 2 ਪੱਖੀ ਸੀਰੀਜ਼ ਰੱਦ ਕਰਨ ਦੇ ਮੁਆਵਜ਼ੇ 'ਚ ਭਾਰੀ ਰਕਮ ਦੀ ਮੰਗ ਕਰ ਰਹੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਕੌਮਾਂਤਰੀ ਕ੍ਰਿਕਟ ਸੰਸਥਾ ਤੋਂ ਬੁੱਧਵਾਰ ਨੂੰ ਜ਼ੋਰਦਾਰ ਝਟਕਾ ਲੱਗਾ, ਜਿਸ ਨੇ ਲੰਬੀ ਬਹਿਸ 'ਚ ਸੁਣਵਾਈ ਤੋਂ ਬਾਅਦ ਉਸਦੀ ਅਪੀਲ ਰੱਦ ਕਰ ਦਿੱਤੀ। ਅਰਜਨਟੀਨਾ ਦੇ ਫਾਰਵਰਡ ਪਾਇਓਲੋ ਡੇਵੈਲਾ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੀ ਟੀਮ ਦੇ ਸਾਥੀ ਖਿਡਾਰੀ ਲਾਇਨਲ ਮੈਸੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਨੇ। ਸੁਪਰੀਮ ਕੋਰਟ ਨੇ ਰੀਅਲ ਅਸਟੇਟ ਕੰਪਨੀ ਅਮਰਪਾਲੀ ਗਰੁੱਪ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਹੈ ਕਿ ਕੰਪਨੀ ਘਰ ਖਰੀਦਦਾਰਾਂ ਦੇ ਪੈਸਿਆਂ ਨੂੰ ਇੱਧਰ ਉੱਧਰ ਕਰਨ ਦੇ ਲਈ ਜ਼ਿੰਮੇਵਾਰ ਹੈ। ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਪਾਕਿਸਤਾਨ ਵੱਲੋਂ ਚੀਨ ਨਾਲ ਕੀਤੇ ਗਏ ਵਿੱਤੀ ਸਮਝੌਤੇ ਦੀ ਜਾਣਕਾਰੀ ਮੰਗੀ। ਦੱਸ ਦੇ ਕਿ ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਵਿੱਤੀ ਮਦਦ ਲਈ ਚੀਨ ਨਾਲ ਇਹ ਸਮਝੌਤਾ ਕੀਤਾ ਸੀ। ਭਾਰਤ ਦੇ ਕੌਮਾਂਤਰੀ ਵਪਾਰ ਰੈਗੂਲੇਟਰ WTO ਨੂੰ ਐਲੂਮੀਨੀਅਮ ਅਤੇ ਇਸਪਾਤ ਦੇ ਕੁਝ ਉਤਪਾਦਾਂ ਦੇ ਇੰਪੋਰਟ ਡਿਊਟੀ ਵਧਾਉਣ ਦੀ ਅਮਰੀਕਾ ਦੀ ਕਾਰਵਾਈ ਖਿਲਾਫ ਸੁਣਵਾਈ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ। ਰਿਜ਼ਰਵ ਬੈਂਕ ਦੇ ਸੁਰੱਖਿਅਤ ਰਾਖਵੇ ਫੰਡ ਦੇ ਨਿਯਮਾਂ ਦੀ ਸਮੀਖਿਆ ਲਈ ਛੇਤੀ ਕਮੇਟੀ ਦਾ ਗਠਨ ਹੋਵੇਗਾ। ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਦੀ ਬੈਠਕ ਇਸ ਕਮੇਟੀ ਦਾ ਪ੍ਰਸਤਾਵ ਕੀਤਾ ਗਿਆ।
ਮੂਡੀਜ਼ ਇਨਵੈਸਟਰ ਸਰਵਿਸਿਜ਼ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਦੇ ਫੈਸਲੇ ਨਾਲ ਬੈਂਕਾਂ ਨੇ ਬਾਸੇਲ 3 ਨਿਯਮਾਂ ਨੂੰ ਲਾਗੂ ਕਰਨ ਲਈ ਹੋਰ ਸਮਾਂ ਮਿਲ ਜਾਵੇਗਾ। ਸਰਕਾਰ ਦੀ ਸਾਲ 2022 ਤੱਕ ਦੇਸ਼ ਦੇ ਗੈਸ ਉਤਪਾਦਨ ਨੂੰ ਵਧਾ ਕੇ ਦੁੱਗਣਾ ਕਰਨ ਦੀ ਯੋਜਨਾ ਹੈ ਤਾਂ ਕਿ ਦਰਾਮਦ ਅਤੇ ਨਿਰਭਰਤਾ ਘੱਟ ਕੀਤੀ ਜਾ ਸਕੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕੁਝ ਤਰਲ ਇੰਧਣ ਨੂੰ ਇਸਤੇਮਾਲ ਤੋਂ ਹਟਾਇਆ ਜਾ ਸਕੇ। ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਉਹਨਾਂ ਨੂੰ 3 ਨਵੰਬਰ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਬੈਂਕ ਖਾਤੇ ਨਾਲ ਲਿੰਕ ਨਾ ਕੀਤਾ ਤਾਂ 1 ਦਸੰਬਰ ਤੋਂ ਉਹਨਾਂ ਦੀ ਇੰਟਰਨੈੱਟ ਬੈਂਕਿੰਗ ਸੇਵਾ ਬਲਾਕ ਕਰ ਦਿੱਤੀ ਜਾਵੇਗੀ। ਕਰਜ਼ੇ ਦੇ ਬੋਝ ਹੇਠ ਦੱਬੀ ਏਅਰ ਇੰਡੀਆ ਨੇ ਸਵਿੱਤੀ ਸਾਧਨ ਜੁਟਾਉਣ ਦੀ ਆਪਣੀ ਯੋਜਨਾਵਾਂ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਛੋਟੀ ਮਿਆਦ ਦੇ ਕਰਜ਼ੇ ਦੇ ਤੌਰ ਉੱਤੇ 500 ਕਰੋੜ ਰੁਪਏ ਜੁਟਾਏਗੀ ਅਤੇ 7 ਵੱਡੇ ਜਹਾਜ਼ਾਂ ਨੂੰ ਵੇਚ ਕੇ ਉਹਨਾਂ ਨੂੰ ਵਾਪਸ ਲੀਜ਼ ਉੱਤੇ ਲੈਣ ਦੀ ਪ੍ਰਤੀਕਿਰਿਆ ਤਹਿਤ 6,100 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਹੁਣ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿੱਟ ਦੇ ਅਦਾਲਤ ਨੇ ਆਪਣੇ ਘਰ 'ਚ ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦੇ ਕਥਿਤ ਤੌਰ 'ਤੇ ਮੁਲਾਕਾਤ ਕਰਵਾਉਣ 'ਚ ਦੋਸ਼ 'ਚ ਫਸੇ ਅਕਸ਼ੈ ਕੁਮਾਰ ਬੁੱਧਵਾਰ ਨੂੰ SIT ਸਾਹਮਣੇ ਪੇਸ਼ ਹੋਏ। ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਉੱਤਰ ਪ੍ਰਦੇਸ਼ ਦੇ 1,398 ਕਿਸਾਨਾਂ ਦੇ ਬੈਂਕ ਕਰਜ਼ੇ ਉਤਾਰੇ। ਅਮਿਤਾਬ ਬੱਚਨ ਨੇ UP ਦੇ ਵੱਖ ਵੱਖ ਇਲਾਕਿਆਂ ਦੇ ਇਹਨਾਂ ਕਿਸਾਨਾਂ ਦੇ ਸਿਰ ਉੱਤੇ ਚੜ੍ਹੇ 4 ਕਰੋੜ ਰੁਪਏ ਦਾ ਕਰਜ਼ਾ ਚੁਕਾ ਦਿੱਤਾ ਹੈ। ਵਨ ਟਾਈਮ ਸੈਟਲਮੈਂਟ ਨੀਤੀ ਤਹਿਤ ਬੈਂਕ ਆਫ ਇੰਡੀਆ ਤੋਂ ਇਹਨਾਂ ਕਿਸਾਨਾਂ ਦਾ ਕਰਜ਼ਾ ਚੁਕਾਇਆ ਗਿਆ। ਆਯੁਸ਼ਮਾਨ ਖੁਰਾਨਾ ਦੀ ਫਿਲਮ ਵਧਾਈ ਹੋ ਉਹਨਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣ ਕੇ ਸਾਹਮਣੇ ਆਈ ਹੈ। ਫਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 32 ਦਿਨ ਬੀਤ ਚੁੱਕੇ ਨੇ। ਫਿਲਮ ਨੇ ਹੁਣ ਤੱਕ 125 ਕਰੋੜ ਦਾ ਕਾਰੋਬਾਰ ਕਰ ਲਿਆ। ਬੱਚਿਆਂ ਦੀ ਪਸੰਦੀਦਾ ਫਿਲਮ ਮੌਂਗਲੀ ਇੱਕ ਵਾਰ ਫਿਰ ਆ ਰਹੀ ਹੈ। ਇਸ ਵਾਰ ਮੌਂਗਲੀ ਦਾ ਕਿਰਦਾਰ ਖਾਸ ਹੈ ਕਿਉਂਕਿ ਫਿਲਮ 'ਚ ਬਾਲੀਵੁੱਡ ਸਟਾਰਸ ਨੇ ਆਪਣੀ ਆਵਾਜ਼ ਦਿੱਤੀ ਹੈ। ਮੌਂਗਲੀ ਲੀਜੈਂਡ ਆਫ ਦੀ ਦੰਗਲ ਦੇ ਹਿੰਦੀ ਵਰਜਨ ਨੂੰ ਨੈੱਟਫਲਿਕਸ 'ਤੇ 7 ਦਸੰਬਰ ਰਿਲੀਜ਼ ਕੀਤਾ ਜਾਵੇਗਾ। ਇਸ ਵੈਬ ਸੀਰੀਜ਼ 'ਚ ਸ਼ੇਰ ਖਾਨ ਦੇ ਕਿਰਦਾਰ 'ਚ ਅਭਿਤਾ। ਮੌਂਗਲੀ ਲੀਜੈਂਡ ਆਫ ਦੀ ਜੰਗਲ ਦੇ ਹਿੰਦੀ ਵਰਜਨ ਨੂੰ ਨੈੱਟਫਲਿਕਸ 'ਤੇ 7 ਦਸੰਬਰ ਰਿਲੀਜ਼ ਕੀਤਾ ਜਾਵੇਗਾ। ਇਸ ਵੈਬ ਸੀਰੀਜ਼ 'ਚ ਸ਼ੇਰ ਖਾਨ ਦੇ ਕਿਰਦਾਰ 'ਚ ਅਭਿਨੇਤਾ ਜੈਕੀ ਸ਼ਰਾਫ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਦੋਵਾਂ ਦੇ ਵਿਆਹ ਦੀ ਪਹਿਲੀ ਰਿਸੈਪਸ਼ਨ 21 ਦਸੰਬਰ ਨੂੰ ਬੰਗਲੌਰ 'ਚ ਹੋਈ, ਜੋ ਕਿ ਖਾਸ ਤੌਰ 'ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਰੱਖੀ ਗਈ ਹੈ। ਬਾਲੀਵੁੱਡ ਅਦਾਕਾਰ ਨੇਹਾ ਧੂਪੀ ਨੇ 18 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ ਅਤੇ ਹੁਣ ਨੇਹਾ ਧੂਪੀਏ ਨੇ ਬੇਟੀ ਦੀ ਤਸਵੀਰ ਸ਼ੇਅਰ ਕਰਕੇ ਉਸਦੇ ਨਾਂ ਦਾ ਖੁਲਾਸਾ ਕੀਤਾ ਹੈ। ਨੇਹਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਦੁਨੀਆ ਦੀ ਮੇਰੀ ਬੇਟੀ ਨੂੰ ਮੇਹਰ ਧੂਪੀਆ ਦੇ ਬੇਦੀ ਦੇ ਨਾਂ ਨਾਲ ਜਾਣਿਆ ਜਾਵੇਗਾ।